ਜਲੰਧਰ ਦੇ ਕਾਨਪੁਰ ਦੇ ਵਿੱਚ 2 ਦਿਨ ਪਹਿਲਾਂ ਟ੍ਰਿਪਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਦੌਰਾਨ 3 ਬੱਚਿਆਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਹੀ ਅੱਜ ਮਕਾਨ ਮਾਲਕ ਸਹਿਤ ਪੁਲਿਸ ਅਤੇ ਪੰਚਾਇਤ ਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਉਹਨਾਂ ਦੇ ਵੱਲੋਂ ਇਹਨਾਂ ਮ੍ਰਿਤਕ ਬੱਚਿਆਂ ਨੂੰ ਦਫਨਾਇਆ ਗਿਆ। ਉੱਥੇ ਹੀ 2 ਬੱਚਿਆਂ ਨੂੰ ਪੁਲਿਸ ਨੇ ਬੀਤੇ ਦਿਨੀ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ 2 ਬੱਚਿਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ। ਦੱਸ ਦਈਏ ਕਿ 2 ਦਿਨ ਪਹਿਲਾਂ ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਕਾਨਪੁਰ ਦੇ ਵਿੱਚ 3 ਬੱਚਿਆਂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਪੁਲਿਸ ਕਮਿਸ਼ਨਰ ਚਾਹਲ ਅਤੇ DSP ਬਲਬੀਰ ਸਿੰਘ ਨੇ ਦੱਸਿਆ ਸੀ ਕਿ ਆਰੋਪੀ ਸੁਨੀਲ ਮੰਡਲ ਦੇ 5 ਬੱਚੇ ਸਨ ਅਤੇ ਪੁੱਛਤਾਛ ਦੇ ਵਿੱਚ ਆਰੋਪੀ ਨੇ ਦੱਸਿਆ ਸੀ ਕਿ ਗਰੀਬੀ ਜ਼ਿਆਦਾ ਹੋਣ ਦੇ ਕਾਰਨ ਉਸਨੇ ਬੱਚਿਆਂ ਨੂੰ ਮੌਤ ਘਾਟ ਉਤਾਰ ਦਿੱਤਾ। ਆਰੋਪੀ ਨੇ ਇਹ ਵੀ ਦੱਸਿਆ ਕਿ ਖਾਣੇ ਦੇ ਲਈ ਉਹਨਾਂ ਦੇ ਬੱਚੇ ਬਾਹਰ ਜਾ ਕੇ ਸੜਕਾਂ 'ਤੇ ਡਿੱਗਿਆ ਹੋਇਆ ਸਮਾਨ ਉਠਾ ਕੇ ਖਾਂਦੇ ਸਨ ਅਤੇ ਗਰੀਬੀ ਜ਼ਿਆਦਾ ਹੋਣ ਦੇ ਕਾਰਨ ਉਸਨੇ 3 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਂਜੀ, ਕੀ ਨਾਮ ਜੀ ਤੁਹਾਡਾ? ਮੈਂ ਸੁਰਿੰਦਰ ਸਿੰਘ ਬੋਲਦਾ ਜੀ। ਇਹ ਸਾਡੇ ਉੱਥੇ ਮਕਾਨ 'ਚ ਹੀ ਰਹਿੰਦੇ ਹਨ ਅਤੇ ਪਿਛਲੇ ਦਿਨੀ ਜਿਹੜਾ ਇਹਦੇ ਮਾਂ ਪਿਓ ਨੇ ਹਰਕਤ ਕੀਤੀ ਉਹ ਬੱਚੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਉਹਨਾਂ ਦਾ ਅੱਜ ਹੀ ਅੰਤਿਮ ਜੋ ਵੀ ਕਿਰਿਆ ਸੀ ਉਹਨਾਂ ਦੀ ਪੰਚਾਇਤ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਰਲ ਕੇ ਅਤੇ ਮੈਂ ਨਾਲ ਹੋ ਕੇ ਸਾਰਾ ਆਪਾਂ ਕੰਮ ਕਰਵਾ ਤਾ ਜੀ ਉਹਨਾਂ ਦਾ ਅਤੇ ਬਾਕੀ ਜੋ ਅੱਗੇ ਹੋਊਗਾ ਪਰਮਾਤਮਾ ਚਲੋ ਉਹਨਾਂ ਦਾ ਭਲਾ ਕਰੇ, ਜੋ ਆਪਣੇ ਵੱਲੋਂ ਹੀ ਇਹੀ ਫਰਜ਼ ਨਿਭਾਤਾ ਹੈ ਜੀ। ਹਾਂਜੀ, ਨਾਮ ਪੁੱਛੋ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਵਿੰਦਰ ਲਾਲ ਆ, ਪੰਚਾਇਤ ਮੈਂਬਰ ਹਾਂ ਮੈਂ, ਪਿੰਡ ਕਾਨਪੁਰ ਦਾ। ਅਤੇ ਇੱਥੇ ਜਿਹੜੀਆਂ 3-4 ਦਿਨ ਪਹਿਲਾਂ 3 ਬੱਚੀਆਂ ਦਾ ਕਤਲ ਕੀਤਾ ਗਿਆ ਸੀ ਮਾਂ ਪੇ ਵੱਲੋਂ, ਉਹ ਰਿਆਸਤ ਵਿੱਚ ਆ। ਅੱਜ ਅਸੀਂ ਪਿੰਡ ਦੀ ਪੰਚਾਇਤ, ਪੁਲਿਸ ਪ੍ਰਸ਼ਾਸਨ ਨੇ ਰਲ ਕੇ ਉਹਨਾਂ ਦਾ ਆਤਮ ਕਿਰਿਆ ਕਰ ਦਿੱਤੀ ਹੈ। ਅਤੇ ਜਿੱਦਾਂ ਮਤਲਬ ਕਿ ਇਹਦੇ ਵਿੱਚ ਜਿੱਦਾਂ ਲੋਕਾਂ ਵੱਲੋਂ ਜਾਂ ਕਿਸੇ ਵੱਲੋਂ ਕੋਈ ਸਹਿਯੋਗ ਦਿੱਤਾ ਗਿਆ ਜੀ ਵਿੱਚ? ਹਾਂਜੀ, ਪਿੰਡ ਦੀ ਪੰਚਾਇਤ ਸਰਦਾਰ ਸੁਰਿੰਦਰ ਸਿੰਘ ਜਿਨ੍ਹਾਂ ਦੇ ਰਹਿੰਦੇ ਸੀ ਉਹ, ਉਦੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਸਾਰਾ ਕੁਛ ਕਰ ਦਿੱਤਾ, ਕਰਮ ਕਿਰਿਆ ਜੋ ਸੀਗਾ, ਜੋ ਉਹਨਾਂ ਦੇ ਰੀਤੀ ਰਿਵਾਜ਼ਾਂ ਦੇ ਨਾਲ ਕੀਤਾ ਗਿਆ। ਹਾਂਜੀ ਸਰ, ਜੋ ਪਿਛਲੇ ਦਿਨੀ ਜੀ 3 ਬੱਚਿਆਂ ਦੀ ਮੌਤ ਉਹਨਾਂ ਦੇ ਮਾਤਾ ਪਿਤਾ ਨੇ ਜ਼ਹਿਰੀਲੀ ਦਵਾਈ ਦੇਣ ਕਰਕੇ ਹੋ ਗਈ ਸੀ, ਅੱਜ ਉਹਨਾਂ ਨੂੰ ਦਫਨਾਉਣ ਵਾਸਤੇ ਪਿੰਡ ਕਾਨਪੁਰ ਦੀ ਪੰਚਾਇਤ, ਮੋਹਤਵਾਰ ਬੰਦੇ ਅਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਤੌਰ 'ਤੇ ਇਹਨਾਂ ਨੂੰ ਦਫਨਾਇਆ ਹੈ, ਜਿਹੜਾ 302 ਦਾ ਪਰਚਾ ਦਿੱਤਾ ਗਿਆ ਜੀ। ਕਿਹੜੇ ਸਰ? ਮਾਤਾ ਪਿਤਾ ਜੀ। ਤੁਹਾਡਾ ਕੀ ਨਾਮ ਹੈ ਅਤੇ ਕਿਹੜਾ ਥਾਣਾ? ASI ਹਰਬੰਸ ਸਿੰਘ, ਥਾਣਾ ਮਕਸੂਦਾਂ, ਜ਼ਿਲ੍ਹਾ ਜਲੰਧਰ ਦੇ। ਐਸਐਮਜੈਡ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।